ਅਸੀਂ ਦੋਨੋਂ ਭੈਣਾਂ ਇੱਕੋ ਘਰ ਵਿਆਹੀਆਂ। ਪੇਕੇ ਘਰ ਬੇਸ਼ੱਕ ਲੜੀਆਂ ਹੋਈਏ, ਪਰ ਸਹੁਰੇ ਘਰ ਅਸੀਂ ਅੱਜ ਤੱਕ ਲੜਾਈ ਨਹੀਂ ਕੀਤੀ। ਸਾਡੇ 'ਚ ਇੰਨਾ ਪਿਆਰ ਹੈ ਕਿ ਸਾਡੇ 'ਚ ਸੂਈ ਵੀ ਨਹੀਂ ਲੰਘ ਸਕਦੀ। ਅੱਗੋ ਸਾਨੂੰ ਸਹੁਰਾ ਪਰਿਵਾਰ ਵੀ ਰੱਬ ਰੂਪ ਮਿਲਿਆ। ਅਸੀਂ 4 ਭੈਣਾਂ ਸੀ। ਜੇ ਇਹਨੇ ਮਤਲਬ ਭਾਂਡੇ ਵਗੈਰਾ ਧੋਤੇ, ਮੈਂ ਚੁੱਪ ਕਰਕੇ ਆਪਦੇ ਕੱਪੜੇ ਵਗੈਰਾ ਧੋ ਦੇਣੇ ਆ। ਜੇ ਇੱਕ ਜਾਣੀ ਪੋਚੇ ਲਾਉਂਦੀ ਆ, ਦੂਜੀ ਨੇ ਆਟਾ ਚੱਕ ਕੇ ਰੋਟੀ ਲਾਉਣ ਲੱਗ ਜਾਣ। ਅਸੀਂ ਨੀ ਕਦੇ ਕਿਸੇ ਨੂੰ ਕਿਹਾ ਵੀ ਹਾਂ ਤੂੰ ਨੀ ਆਹ ਕਰ, ਤੂੰ ਕਰ, ਅਸੀਂ ਨੀ ਕਰਦੀਆਂ ਜਮਾਂ ਵੀ। ਆਪਸ 'ਚ ਅਸੀਂ ਰਲ ਕੇ ਰਹਿਣੀਆਂ ਦੋਨੇ ਜਾਣੀਆਂ। ਅਸੀਂ ਕਿਹਾ ਹਾਏ ਰੱਬਾ ਸਾਨੂੰ ਵੀ ਰੈਸਟ ਦੇ, ਵੀ ਅਸੀਂ ਵੀ ਬਹੁਤ ਕੰਮ ਕਰ ਲਿਆ, ਥੱਕੇ ਪਏ ਆ ਹੁਣ। ਪਹਿਲਾਂ ਇਹਨੂੰ ਫੀਵਰ ਹੋਇਆ, ਇਹਨੇ ਨਾ ਉਵੇਂ ਰੋਟੀ ਰੋਟੀ ਪਕਾ ਕੇ ਅੰਦਰ ਜਾ ਕੇ ਪੈ ਗਈ, ਵੀ ਬਿਮਾਰ ਹੋਈ। ਮੈਨੂੰ ਮੁੜ ਕੇ ਹਸਪਤਾਲ ਪਹੁੰਚਦੀ ਕਰਤਾ ਮੇਰੇ ਹਸਬੈਂਡ ਨੇ। ਤੇ ਇਹ ਵੀ ਬਹੁਤ, ਇਹਨੂੰ ਟਾਈਫਾਇਡ ਹੋਇਆ, ਉਵੇਂ ਵਿਚਾਰੀ ਕੰਮ ਕਰਦੀ ਰਹੀ, ਨਾ ਸਾਨੂੰ ਕੋਈ ਕੰਮ ਵਾਲੀ ਮਿਲੇ। ਤੋਂ ਬਾਅਦ ਅਸੀਂ ਕੰਨਾਂ ਨੂੰ ਹੱਥ ਲਾਏ, ਰੱਬਾ ਹੁਣ ਨਾ ਸਾਨੂੰ ਬਿਮਾਰ ਕਰੀ। ਜਿਵੇਂ ਮੈਂ ਬਿਮਾਰ ਵਾਂ, ਮੈਂ ਇਹਦੇ ਨਾਲ ਛੇਤੀ ਛੇਤੀ ਕੰਮ ਕਰਵਾ ਦੇਣਾ, ਫਿਰ ਆਪਦਾ ਖੂਨ, ਫਿਰ ਥੋੜਾ ਜਿਹਾ ਹੁੰਦਾ ਨਾ ਵੀ ਉਹਨੂੰ ਤਕਲੀਫ ਹੋਊਗੀ, ਫਿਰ ਮੈਨੂੰ ਵੀ ਹੋਊ। ਬ੍ਰਦਰ ਕਹਿੰਦਾ ਆਪਾਂ ਨੂੰ ਹੋਰ ਕੀ ਚਾਹੀਦਾ ਵਾ। ਭੈਣਾਂ ਦੋਨੇ ਵੱਡੀਆਂ ਡਰਦੀਆਂ ਸੀਗੀਆਂ, ਉਹ ਕਹਿੰਦੀ ਇਹ ਤਾਂ ਪਹਿਲੇ ਚਿੰਗਾਂ ਵਾਂਗੂ ਇੱਦਾਂ ਲੜਦੀਆਂ ਨੇ, ਛੋਟੀਆਂ ਹੁੰਦੀਆਂ, ਇੱਥੇ ਜਾ ਕੇ ਲੜ ਪਈਆਂ ਇਹ ਦੋਨੇ ਜਾਣੀਆਂ, ਵੀ ਨਾਲੇ ਤਾਂ ਭੈਣਾਂ ਦਾ ਰਿਸ਼ਤਾ ਖਰਾਬ ਹੋ ਜਾਣਾ, ਨਾਲੇ ਬੇਇੱਜ਼ਤੀ ਵਾਲਾ ਕੰਮ ਹੋ ਜਾਣਾ ਵਾ। ਮੇਰੇ ਜਿਹੜੇ ਸਹੁਰੇ ਸਾਹਿਬ ਦਾ ਸੀਗਾ ਮਾਇੰਡ ਸੈੱਟ ਸੀਗਾ ਵੀ ਜੇ ਭੈਣਾਂ ਰਹਿਣਗੀਆਂ ਵੀ ਵਧੀਆ ਰਹਿਣਗੀਆਂ, ਵੀ ਇਹਦਾ ਹੀ ਰਿਸ਼ਤਾ ਆਪਾਂ ਲੈ ਲੈਂਦੇ, ਤਾਂ ਇੱਦਾਂ ਰਿਸ਼ਤਾ ਹੋਇਆ ਸੀ ਸਾਡਾ। 15-20 ਦਿਨਾਂ ਬਾਅਦ ਹੀ ਵਿਆਹ ਕਰਤਾ ਸੀਗਾ। ਪਹਿਲਾਂ ਅਸੀਂ ਜਦੋਂ ਕੰਮ ਪਿੱਛੇ ਲੜਨਾ, ਜੇ ਰੋਟੀ ਮੈਂ ਪਕਾ ਲਈ, ਮੈਂ ਕਹਿਣਾ ਤੂੰ ਭਾਂਡੇ ਮਲ, ਇਹਨੇ ਨਾ ਢੀਠ ਜੀ ਹੋ ਕੇ ਬੱਟੀ ਰਹਿਣਾ, ਮੈਨੂੰ ਗੁੱਸੇ 'ਚ ਦੇਖੀ ਜਾਣਾ, ਨਾਲੇ ਮੈਂ ਕੰਮ ਕਰੀ ਜਾਣਾ। ਤੇ ਮੰਮੀ ਦਾ ਵਾਧਾ ਇਹਦੇ ਨਾਲ ਹੁੰਦਾ ਸੀ, ਛਿੱਤਰ ਮੇਰੇ ਫਿਰਦੇ ਹੁੰਦੇ ਸੀ। ਟੀਵੀ ਦੇ ਸੀਰੀਅਲ ਪਿੱਛੇ ਬਹੁਤ ਲੜਦੀਆਂ ਹੁੰਦੀਆਂ ਸੀ। ਇੱਕ ਵਾਰੀ ਗੁੱਸੇ 'ਚ ਮਾਰ ਕੇ ਮੂਵੀ ਟੀਵੀ ਭਾਂਡਾ, ਕਹਿੰਦੇ ਦੇਖ ਲਾ। ਮੇਰੀਆਂ ਭੈਣਾਂ ਨੇ ਕਿਹਾ ਵੀ, ਕਹਿੰਦੇ ਇਹ ਬਹੁਤ ਲੜਦੀਆਂ ਨੇ ਆਪਸ ਦੇ ਵਿੱਚ, ਬੇਇੱਜ਼ਤੀ ਕਰਾਉਣਗੀਆਂ ਪੂਰੀ ਆਪਣੀ, ਵੀ ਅਸੀਂ ਨੀ ਲੜਦੀਆਂ ਲੁੜਦੀਆਂ, ਅੱਗੇ ਜਾ ਕੇ ਤਾਂ ਦੇਖਿਓ ਸਾਡਾ ਮਿਸਾਇਲ ਕਾਇਮ ਕਰ ਦੇਣੀ। ਗੱਲ ਹੋਈ ਵੀ ਪੱਕੀ, ਅਸੀਂ ਉਸ ਚੀਜ਼ ਤੇ ਕਾਇਮ ਰਹੀਆਂ ਵੀ ਅਸੀਂ ਲੜਨਾ ਨੀ।